ਭਾਰਤ ਦੇ ਵਿੱਚ ਆਪਾਂ ਜਦੋਂ ਗੱਲ ਕਰਦੇ ਹਾਂ ਕਰੋਨਾ ਦੀ ਤਾਂ ਕਰੋਨਾ ਦੇ ਕਾਰਨ ਲੱਖਾਂ ਹੀ ਮੌਤਾਂ ਹੋ ਚੁੱਕੀਆਂ ਆ, ਹੱਲੇ ਵੀ ਕਰੋੜਾਂ ਲੋਕ ਜਿਹੜੇ ਆ ਉਹ ਕਰੋਨਾ ਤੋਂ ਪੀੜਿਤ ਆ, ਪਰ ਅਜਿਹੇ ਦੇ ਵਿੱਚ ਬਹੁਤ ਸਾਰੇ ਸਿਰਫਰੇ ਇਹੋ ਜਿਹੇ ਵੀ ਆ ਜਿਹੜੇ ਕਿ ਪਰਵਾਹ ਨਹੀਂ ਕਰਦੇ। ਹਾਲੇ ਵੀ ਬਹੁਤ ਸਾਰੇ ਲੋਕ ਭਾਰਤ ਵਿੱਚ ਅਜਿਹੇ ਆ ਜਿਹੜੇ ਮੰਨਦੇ ਨਹੀਂ ਹੈਗੇ ਕਿ ਕਰੋਨਾ ਕੋਈ ਚੀਜ਼ ਆ, ਬਹੁਤ ਸਾਰੇ ਅਜਿਹੇ ਲੋਕ ਵੀ ਜਿਹੜੇ ਮੰਨਦੇ ਆ ਪਰ ਪਰਵਾਹ ਨਹੀਂ ਕਰਦੇ। ਅਜਿਹਾ ਇੱਕ ਮਾਮਲਾ ਜਿਹੜਾ ਉਹ ਸਾਊਥ ਇੰਡੀਆ ਦੇ ਵਿੱਚੋਂ ਸਾਹਮਣੇ ਆਇਆ, ਇੱਕ ਭਾਰਤੀ ਜੋੜੇ ਵੱਲੋਂ ਸਪਾਈਸ ਜੈੱਟ ਜਿਹੜੀ ਕਿ ਭਾਰਤ ਦੀ ਲੋਕਲ ਹਵਾਈ ਕੰਪਨੀ ਆ ਉਹਦਾ ਇੱਕ ਜਹਾਜ਼ ਜਿਹੜਾ ਆ ਉਹ ਸਾਲਮ ਕਿਰਾਏ ਦੇ ਉੱਤੇ ਕੀਤਾ ਗਿਆ। ਉਹਦੇ ਵਿੱਚ ਤਕਰੀਬਨ 160 ਦੇ ਕਰੀਬ ਮਹਿਮਾਨ ਜਿਹੜੇ ਆ ਉਹ ਸੱਦੇ ਗਏ, ਬਕਾਇਦਾ ਉਹਦੀ ਵੀਡੀਓ ਬਣਾਈ ਗਈ, ਉਹ ਵੀਡੀਓ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਅੱਡ ਪਲੇਟਫਾਰਮ ਦੇ ਉੱਤੇ ਘੁੰਮ ਰਹੀਆਂ ਆ। ਸੋ ਹਾਲਾਂਕਿ ਭਾਰਤ ਦੇ ਵਿੱਚ 50 ਤੋਂ ਉੱਪਰ ਜਿਹੜੇ ਲੋਕ ਇਕੱਠੇ ਹੋਣ ਦੀ ਪਾਬੰਦੀ ਆ, ਅਜਿਹੇ ਸਮਾਗਮ ਕਰਨ ਦੀ ਪਾਬੰਦੀ ਆ, ਪਰ ਸਾਰੀਆਂ ਪਾਬੰਦੀਆਂ ਦੀ ਖਿੱਲੀ ਉਡਾ ਕੇ ਜਹਾਜ਼ ਦੇ ਵਿੱਚ 160 ਬੰਦੇ ਸੱਦ ਕੇ ਜਹਾਜ਼ ਉਡਾਇਆ ਗਿਆ ਅਤੇ ਇਸ ਜਹਾਜ਼ ਨੂੰ ਮਦੁਰਾਈ ਤੋਂ ਬੰਗਲੌਰ ਲਿਜਾਂਦਿਆਂ ਜਿਹੜਾ ਮੀਨਾਕਸ਼ੀ ਅੰਮਾਨ ਟੈਂਪਲ ਆ ਉਹਦੇ ਉੱਪਰ ਘੁਮਾਇਆ ਗਿਆ ਅਤੇ ਉੱਥੇ ਫਿਰ ਜਿਹੜਾ ਵਿਆਹ ਕੀਤਾ ਗਿਆ, ਵਰਮਾਲਾਵਾਂ ਜਿਹੜੀਆਂ ਉਹ ਪਹਿਨਾਈਆਂ ਗਈਆਂ। ਹੁਣ ਇਸ ਦੀ ਸ਼ਿਕਾਇਤ ਜਿਹੜੀ ਆ ਬਕਾਇਦਾ ਤੌਰ ਦੇ ਉੱਤੇ ਭਾਰਤ ਦੀ ਜਿਹੜੀ ਆ ਸਿਵਲ ਏਵੀਏਸ਼ਨ ਅਥਾਰਟੀ ਉਹਨਾਂ ਨੂੰ ਕਰ ਦਿੱਤੀ ਗਈ ਆ ਅਤੇ ਇਸ ਦੀ ਜਾਂਚ ਜਿਹੜੀ ਆ ਉਹ ਹੁਣ ਹੋਵੇਗੀ। ਸੋ ਇਹ ਜਿਹੜਾ ਕਰੋਨਾ ਵਾਇਰਸ ਦੇ ਚੱਲਦਿਆਂ ਜਿਹੜੀਆਂ ਪਾਬੰਦੀਆਂ ਲਾਈਆਂ ਗਈਆਂ ਸੀਗੀਆਂ ਇਹਦੀ ਉਲੰਘਣਾ ਇਸ ਪਰਿਵਾਰ ਵੱਲੋਂ ਕਿਉਂ ਕੀਤੀ ਗਈ ਆ, ਉਹ ਪਰਿਵਾਰ ਜਿਹੜਾ ਕਿ ਕਾਫੀ ਅਮੀਰ ਹੋਊਗਾ ਜਿਨ੍ਹਾਂ ਨੇ ਇਹ ਜਹਾਜ਼ ਜਿਹੜਾ ਕਿਰਾਏ 'ਤੇ ਲਿਆ, ਕਾਫੀ ਪੜ੍ਹਿਆ ਲਿਖਿਆ ਵੀ ਆ, ਫਿਰ ਜਾਣ ਬੁੱਝ ਕੇ ਇਸ ਤਰ੍ਹਾਂ ਦਾ ਕੰਮ ਕਿਉਂ ਕੀਤਾ ਗਿਆ, ਇਹਦੇ ਵਾਸਤੇ ਹੁਣ ਭਾਰਤ ਦੀ ਜਿਹੜੀ ਸਿਵਲ ਏਵੀਏਸ਼ਨ ਇੰਡਸਟਰੀ ਆ ਉਹ ਜਾਂਚ ਕਰੂੰਗੀ। ਪਰ ਇਸ ਤੋਂ ਪਤਾ ਲੱਗਦਾ ਕਿ ਜਿਹੜੇ ਅਮੀਰ ਲੋਕ ਨੇ, ਕੇਅਰਲੈਸ ਲੋਕ ਨੇ, ਇੰਨੀਆਂ ਮੌਤਾਂ ਹੋ ਚੁੱਕੀਆਂ ਆ, ਫਿਰ ਵੀ ਪਰਵਾਹ ਜਿਹੜੀ ਆ ਉਹ ਨਹੀਂ ਕਰ ਰਹੇ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।